ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਕਰਦੇ ਹਾਂ ਸਵਾਗਤ ਤੁਹਾਡੇ ਆਪਦੇ YouTube ਚੈਨਲ ਦੇ ਉੱਪਰ ਟਰੈਕਟਰ ਵਿਆਰ 2 ਤੇ ਸਾਡੇ ਚੈਨਲ ਦੇ ਉੱਪਰ ਜਿੰਨੇ ਵੀ ਨਵੇਂ ਆਏ ਨੇ ਨਵੇਂ ਸਾਡੇ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਤੁਹਾਨੂੰ ਥੱਲੇ ਸ਼ੋ ਹੋਂਦਾ ਪਿਆ ਹੋਊਗਾ ਉਹਨੂੰ ਕਲਿੱਕ ਕਰਕੇ ਤੇ ਨਾਲ ਅਗੇ ਘੰਟੀ ਦਾ ਆਪਸ਼ਨ ਆਲ ਤੇ ਜਰੂਰ ਸੈੱਟ ਕਰਿਓ ਤਾਂ ਕਿ ਜਦੋਂ ਅਸੀਂ ਵੀਡੀਓ ਪਾਵਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗ ਜੇ ਤੇ ਅੱਜ ਵੀਡੀਓ ਹੋ ਸਕਦਾ ਥੋੜੀ ਲੰਮੀ ਹੋ ਜੇ ਸੋ ਪੂਰੀ ਵੀਡੀਓ ਜਰੂਰ ਵੇਖ ਕੇ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਜਗਜੀਤ ਵਾਲਿਆਂ ਦਾ ਰੀਪਰ ਆਇਆ ਤੂੜੀ ਵਾਲਾ ਸੇਲ ਦੇ ਲਈ 2021 ਮਾਡਲ ਜਮਾਂ ਬ੍ਰਾਂਡ ਨਿਊ ਆ ਜਮਾਂ ਅਨ ਟੱਚ ਪੀਸ ਆ ਬਿਲਕੁਲ ਅਨ ਟਾਚ ਆ ਕੋਈ ਕੰਮ ਨਹੀਂ ਲਿਆ ਗਿਆ ਚੀਮਾ ਮੰਡੀ ਏਰੀਏ ਵਿੱਚ ਖੜਾ 285000 ਰੁਪਿਆ ਡਿਮਾਂਡ ਆ ਨਵਾ ਘੱਟੋ ਘਾਟੇ ਤਿੰਨ ਪਤਾ ਨਹੀਂ ਕਿੰਨੇ 320 ਬੂਹ ਦਾ ਇਹ ਨਵਾਂ ਸੋ ਨੂੰ ਬਹੁਤ ਸਸਤੇ ਰੇਟ ਤੇ ਮਿਲ ਰਿਹਾ 285000 ਤੇ ਨੰਬਰ ਆ ਜਿਹੜਾ ਮਾਲਕਾਂ ਤੋਂ ਤੁਹਾਨੂੰ ਥੱਲੇ ਦਿੱਤਾ ਜਾ ਰਿਹਾ ਜੇ ਤੁਹਾਨੂੰ ਕੋਈ ਰੀਪਰ ਦੇ ਤਹਿਤ ਡਾਊਟ ਆ ਠੀਕ ਹੈ ਜੀ ਕੋਈ ਵੀ ਤੁਹਾਨੂੰ ਚੱਕਰ ਆ ਨੰਬਰ ਥੱਲੇ ਦਿੱਤਾ ਜਾ ਰਿਹਾ ਹੈ ਮਾਲਕਾਂ ਦਾ ਕਾਲ ਤੇ ਗੱਲਬਾਤ ਕਰਕੇ ਤੁਸੀਂ ਰੀਪਰ ਦੀ ਬਾਕੀ ਸਾਰੀ ਡਿਟੇਲ ਵਗੈਰਾ ਲੈ ਸਕਦੇ ਹੋ ਪੂਰੀ ਸਾਫ ਹਾਲਤ ਰੇ ਵਿੱਚ ਜਿਵੇਂ ਬ੍ਰਾਂਡ ਨਿਊ ਕਾਇਕ ਵੀ ਨਹੀਂ ਕਿਤੇ ਵੀ ਲੱਥਾ ਤੇ ਬਾਕੀ ਇਹਨਾਂ ਵੀਰਾਂ ਕੋਲ ਹੋਰ ਵੀ ਰੀਪਰ ਹੁੰਦੇ ਰਹਿੰਦੇ ਨੇ ਨਵੇਂ ਤੋਂ ਨਵੇਂ ਵੀ ਤੁਹਾਨੂੰ ਮਿਲ ਜਾਣਗੇ ਘੱਟ ਰੇਟ ਦੇ ਵਿੱਚ ਤੇ ਹੁਣ ਆਪਾਂ ਅੱਗੇ ਗੱਲ ਕਰ ਲੈਣੇ ਆ ਅੱਗੇ ਆਪਣੇ ਕੋਲ ਆ ਜਾਂਦਾ ਜੀ ਸਵਰਾਜ 960 ਸਵਰਾਜ 960 ਆ ਜਾਂਦਾ 2017 ਮਾਡਲ 2017 ਮਾਡਲ ਦਾ ਟਰੈਕਟਰ ਇਹ ਤੇ ਨਵਾਂ ਨਹੀਂ ਆਉਂਦਾਗਾ ਹੁਣ ਬੰਦ ਹੋ ਚੁੱਕਿਆ ਨਵਾਂ ਜੇ ਕੋਈ ਵੀਡੀਓ ਚਾਹੀਦੀ ਹੈ ਜੀ ਹਨਾ ਵੀ ਕਾਤੋਂ ਯਾਨੀ ਕਿ ਕੀ ਕਮੀਆਂ ਸੀਗੀਆਂ ਤੇ ਕੀ ਇਹਦੀ ਸਪੈਸੀਫਿਕੇਸ਼ਨ ਆ ਗੈਲ ਟਰੈਕਟਰ ਇਨਫੋਰਮੇਸ਼ਨ ਤੇ ਪਾਇਆ ਹੋਊਗਾ ਜੀ ਵੀਡੀਓ ਦੋਹੇ ਪਾਈਆਂ ਹੋਈਆਂ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦੂੰਗਾ ਜਾ ਕੇ ਚੈੱਕ ਆਊਟ ਕਰ ਲਿਓ 2017 ਮਾਡਲ ਆ ਪੰਜਾਬ ਨੰਬਰ ਆ ਟਰੈਕਟਰ ਇਹ ਇੰਜਨ ਗੇਅਰ ਲੈਫਟ ਮਗਰਲੇ ਸਿੱਦਾ ਆਲ ਓਕੇ ਸੀਲਡ ਪਿਆ ਹੋਇਆ ਕੋਈ ਕੰਮ ਨਹੀਂ ਭਾਲਦਾ ਕੋਈ ਕਮੀ ਪੇਸ਼ੇ ਨਹੀਂ ਮਿਸਤਰੀ ਲਿਜਾ ਕੇ ਵਾਹ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਮੈਟ ਵਗੈਰਾ ਟਰੈਕਟਰ ਨੂੰ ਲੱਗਾ ਹੋਇਆ ਵਾ ਤੇ ਬਾਕੀ ਛਤਰੀ-ਛੂਤਰੀ ਜੋ ਮਿਊਜ਼ਿਕ ਸਿਸਟਮ ਉਹਦੇ ਬਾਰੇ ਮਾਲਕਾਂ ਨਾਲ ਕਾਲ ਤੇ ਗੱਲਬਾਤ ਕਰਿਓ ਤੁਹਾਨੂੰ ਸਾਰੀ ਡਿਟੇਲ ਕਾਲ ਤੇ ਹੀ ਦਿੱਤੀ ਜਾਵੇਗੀ ਤੇ ਜੋ ਡਿਮਾਂਡ ਆ ਉਹ ਵੀ ਤੁਹਾਨੂੰ ਕਾਲ ਤੇ ਹੀ ਦੱਸੀ ਜਾਣੀ ਆ ਨੰਬਰ ਆ ਜਿਹੜੇ ਮਾਲਕਾਂ ਦੇ ਤੋਂ ਹੁਣ ਥੱਲੇ ਦਿੱਤੇ ਜਾ ਰਹੇ ਨੇ ਇਹਨਾਂ ਨੰਬਰਾਂ ਤੇ ਫੋਨ ਲਾ ਕੇ ਜਾਂ ਫਿਰ ਵਟਸਐਪ ਤੇ ਗੱਲਬਾਤ ਕਰਕੇ ਤੁਸੀਂ ਮਾਲਕਾਂ ਤੋਂ ਰੀਡ ਦਾ ਪਤਾ ਕਰ ਸਕਦੇ ਹੋ ਤੇ ਹੁਣ ਆਪਣੇ ਕੋਲ ਅੱਗੇ ਆ ਜਾਂਦਾ ਜੀ ਜਗਜੀਤ ਵਾਲਿਆਂ ਦਾ ਟੂਰੀ ਰੀਪਰ ਰੀਪਰ ਦੇ ਮਾਡਲ ਦੀ ਗੱਲ ਕਰ ਲੈਣੀ ਆ ਆਪਾਂ ਸਭ ਤੋਂ ਪਹਿਲਾਂ ਇਹ ਹੈਗਾ ਜੀ 2014 ਮਾਡਲ 2014 ਮਾਡਲ ਦਾ ਰੀਪਰ ਰਿਪੇਅਰ ਵਗੈਰਾ ਕੋਈ ਨਹੀਂ ਕਰਦਾ ਹੈਗਾ ਕੋਈ ਕਮੀ ਪੇਸ਼ੀ ਨਹੀਂ ਹੈਗੀਗੀ ਹਾਲਤ ਵਗੈਰਾ ਤੁਹਾਨੂੰ ਸਾਰੀ ਫੋਟੋਆਂ ਸ਼ੋਅ ਹੁੰਦੀ ਗਈ ਪਈ ਆ ਚੰਗੀ ਹਾਲਤ ਸਾਫ਼ ਹਾਲਤ ਪਈ ਹੋਈ ਆ ਤੇ ਚੀਮਾ ਮੰਡੀ ਏਰੀਏ ਵਿੱਚ ਖੜੀ ਹੋਈ ਹੈ ਜੀ 2014 ਮਾਡਲ ਆ 1,75,000 ਰੁਪਇਆ ਰੇਟ ਰੱਖਿਆ ਗਿਆ ਮਾਲਕਾਂ ਵੱਲੋਂ ਇਹਦਾ ਰੀਪਰ ਦਾ ਤੇ ਬਾਕੀ ਮੌਕੇ ਤੇ ਘੱਟ ਵੱਧ ਕਰ ਲੈਣਗੇ ਜੋ ਵੀ ਨੰਬਰ ਆ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਤੇ ਹੁਣ ਆਪ ਅੱਗੇ ਗੱਲ ਕਰ ਲੈਣੇ ਆ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਆ ਜਾਂਦੀ ਹੈ ਜੀ ਕੰਬਾਈਨ ਧੀਮਣ ਕੰਪਨੀ ਦੀ ਕੰਬਾਈਨ ਆ ਜਾਂਦੀ ਹੈ ਤੇ ਤਿਆਰ ਕਰਾਈ ਹੋਈ ਹੈ ਇਹ 2007 ਮਾਡਲ ਆ ਤਿਆਰ ਕਰਾਈ ਹੋਈ ਯਾਨੀ ਕਿ ਰੰਗ ਰੰਗ ਹੋਇਆ ਹੋਇਆ ਹੈ ਕੰਪਾਈਨ ਨੂੰ ਦੂਰੀ ਬਾਰ ਪਰ ਯਾਨੀ ਕਿ ਰੰਗ ਪੂਰਾ ਪਿਓਰ ਵਧੀਆ ਕੁਆਲਿਟੀ ਦਾ ਰੰਗ ਪੇਂਟ ਇਹਦੀ ਗੱਲ ਨਹੀਂ ਹੈਗੀ 50 ਪੈਸੇ ਟਾਇਰ ਨੇ ਪੀਬੀ ਨੰਬਰ ਆ ਇਹ ਤੇ ਸੰਗਰੂਰ ਏਰੀਆ ਵਿੱਚ ਖੜੀ ਆ 6 ਲੱਖ ਰੁਪਈਆ ਡਿਮਾਂਡ ਆ ਇਹਦੀ 6 ਲੱਖ ਰੁਪਈਆ ਡਿਮਾਂਡ ਆ ਮੌਕੇ ਤੇ ਘੱਟ ਵੱਧ ਕਰ ਲੈਣਗੇ ਜੋ ਵੀ ਨੰਬਰ ਆ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਇਹਨਾਂ ਨੰਬਰਾਂ ਤੇ ਫੋਨ ਲਾ ਕੇ ਜਾਂ ਮਰ ਵਟਸਐਪ ਤੇ ਗੱਲਬਾਤ ਕਰਕੇ ਤੁਸੀਂ ਇਹਨਾਂ ਵੀਰਾਂ ਕੋਲੋਂ ਇਹ ਜਿਹੜੀ ਕੰਬੈਨ ਆ ਤੁਸੀਂ ਖਰੀਦ ਸਕਦੇ ਹੋ 2007 ਮਾਡਲ ਆ 6 ਲੱਖ ਰੁਪਇਆ ਡਿਮਾਂਡ ਸੰਗਰੂਰ ਏਰੀਆ ਵਿੱਚ ਖੜੀ ਹੈ ਜੀ ਪੂਰੀ ਸਾਫ਼ ਸੋਹਣੀ ਹਾਲਤ ਦੇ ਵਿੱਚ ਦੁਬਾਰਾ ਤਿਆਰ ਕੀਤੀ ਹੋਈ ਹੈ ਇਹ ਬਾਕੀ ਵੀਡੀਓ ਚੱਲਦੀ ਚੱਲਦੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸ਼ੇਅਰ ਜਰੂਰ ਕਰਿਓ ਹੱਥ ਜੋੜ ਕੇ ਬੇਨਤੀ ਕਰਦਾਂ ਕਿ ਸ਼ੇਅਰ ਜਰੂਰ ਕਰਕੇ ਜਾਓ ਤੇ ਹੁਣ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਆ ਜਾਂਦਾ ਵਾ ਮੈਸੀ 241 ਮੈਸੀ ਫਰਬੂਸ਼ਨ 241 ਟਰੈਕਟਰ ਆ ਜਾਂਦਾ ਵਾ ਮਾਡਲ ਦੀ ਗੱਲ ਕਰੀਏ 2016 ਮਾਡਲ ਦੱਸਿਆ ਜਾ ਰਿਹਾ 2016 ਮਾਡਲ ਦੱਸਿਆ ਜਾ ਰਿਹਾ ਇਹਦੇ 1900 ਘੰਟਾ ਚੱਲਿਆ ਹੋਇਆ ਵਾ ਤੇ ਸੈਂਪਲ ਸਟੀering ਆ ਠੀਕ ਹੈ ਜੀ ਹੁਣ ਇਹਦੇ ਬਾਰੇ ਮੈਨੂੰ ਕੋਈ ਯਾਨੀ ਕਿ ਹੈ ਨਹੀਂਗਾ ਵੀ ਕੀ ਚੱਕਰ ਆ ਕੀ ਨਹੀਂ ਸੈਂਪਲ ਵਾਲਾ ਉਹ ਤੁਸੀਂ ਮਾਲਕਾਂ ਨਾਲ ਗੱਲਬਾਤ ਕਰਿਓ ਤੁਹਾਨੂੰ ਕਾਲ ਤੇ ਸਾਰੀ ਜਾਣਕਾਰੀ ਟਰੈਕਟਰ ਦੀ ਮਿਲ ਜੂਗੀ ਜਿਹੜੀ ਡਿਟੇਲ ਆਪਾਂ ਨੂੰ ਆਈ ਆ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਰਹੇ ਹਾਂ 2016 ਮਾਡਲ 1900 ਘੰਟਾ ਚੱਲਿਆ 80 ਪੈਸੇ ਟਾਇਰ ਨੇ ਸੈਂਪਲ ਸਟੀering ਆ ਤੇ ਸਮਰਾਲਾ ਏਰੀਆ ਵਿੱਚ ਖੜਾ ਹੋਇਆ 430000 ਰੁਪਇਆ ਇਹ ਟਰੈਕਟਰ ਦੀ ਮੁੱਲ ਕੀਮਤ ਰੱਖੀ ਗਈ ਆ ਬਾਕੀ ਮੌਕੇ ਤੇ ਆਂਦੀ ਸੀ ਘਟਵਾਦ ਕਰ ਲਾਂਗੇ ਜੋ ਵੀ ਨੰਬਰ ਨੇ ਮਾਲਕਾਂ ਦੇ ਤੁਹਾਨੂੰ ਸਕਰੀਨ ਤੇ ਦਿੱਤੇ ਜਾ ਰਹੇ ਨੇ ਇਹਨਾਂ ਨੰਬਰਾਂ ਤੇ ਫੋਨ ਲਾ ਕੇ ਜਾਂ ਫਿਰ ਵਟਸਐਪ ਤੇ ਗੱਲਬਾਤ ਕਰਕੇ ਤੁਸੀਂ ਇਹਨਾਂ ਵੀਰਾਂ ਕੋਲੋਂ ਜਿਹੜਾ ਟਰੈਕਟਰ ਆ ਖਰੀਦ ਸਕਦੇ ਹੋ ਪੂਰੀ ਸਾਫ਼ ਹਾਲਤ ਦੇ ਵਿੱਚ ਸੇਲ ਦੇ ਲਈ ਆਪਣੇ ਚੈਨਲ ਦੇ ਉੱਪਰ ਮੈਸੀ 241 ਟਰੈਕਟਰ ਆਇਆ ਹੋਇਆ ਜੀ ਤੇ ਹੁਣ ਆਪਾਂ ਅੱਗੇ ਗੱਲ ਕਰ ਲੈਨੇ ਆ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਆ ਜਾਂਦੀ ਹੈ ਜੀ ਨਵਦੀਪ ਰੀਪਰ ਨਵਦੀਪ ਵਾਲਿਆਂ ਦਾ ਰੀਪਰ ਆ ਜਾਂਦਾ ਵਾ 2015 ਮਾਡਲ ਆ ਇਹ 2015 ਮਾਡਲ ਬਾਕੀ ਹਾਲਤ ਵਗੈਰਾ ਤੁਹਾਨੂੰ ਸਾਰੀ ਸ਼ੋਅ ਹੁੰਦੀ ਹੋਈ ਪਈ ਆ ਯਾਨੀ ਕਿ ਰੰਗ ਰੂਗ ਵੱਲੋਂ ਪੂਰੀ ਮਸ਼ੀਨ ਡਾਉਣ ਆ ਤੋ ਤੁਸੀਂ ਕਰਾ ਸਕਦੇ ਹੋ ਯਾਨੀ ਕਿ ਜਿਨ੍ਹਾਂ ਨੇ ਆ ਦੇ ਘਰ ਘਰ ਦੇ ਕੰਮ ਲਈ ਲੈਣੀ ਹੈ ਉਹਨਾਂ ਵਾਸਤੇ ਬਹੁਤ ਸਸਤੇ ਰੇਟ ਤੇ ਇਹ ਮਿਲ ਰਹੀ ਅਬੌਰ ਏਰੀਆ ਵਿੱਚ ਖੜੀ ਹੋਈ ਆ ਇੱਧਰ ਆਪਣੇ ਪੰਜਾਬ ਚ ਹੀ ਪੈਂਦਾ ਜਿਹੜਾ ਤੇ 1,10,000 ਰੁਪਿਆ ਡਿਮਾਂਡ ਆ 1,10,000 ਰੁਪਿਆ ਡਿਮਾਂਡ ਆ 2015 ਮਾਡਲ ਆ ਤੇ ਘਰ ਦੇ ਕੰਮ ਲਈ ਯੂਜ਼ ਕਰਨ ਲਈ ਪੂਰੀ ਵਧੀਆ ਇਹ ਮਸ਼ੀਨ ਤੁਹਾਨੂੰ ਨੰਬਰ ਥੱਲੇ ਦੇ ਰਹੇ ਆਂ ਆਪਾਂ ਮਾਲਕਾਂ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜਿਨ੍ਹਾਂ ਨੇ ਵੀ ਖਰੀਦਣੀ ਹੋਵੇ ਇਹ ਰੀਪਰ ਪੂਰੀ ਸਾਫ਼ ਵਧੀਆ ਹਾਲਤਾਂ ਚੰਗੀ ਹਾਲਤਾਂ ਤੇ ਹੁਣ ਆਪਾਂ ਅੱਗੇ ਗੱਲ ਕਰ ਲੈਨੇ ਆਂ ਬਿਸ਼ਕਰਮਾ ਤੂੜੀ ਮਸ਼ੀਨ ਬਿਕਾਊ ਅੱਗੇ 2020 ਮਾਡਲ ਆ ਇਹ ਇਹ 2020 ਮਾਡਲ ਆ ਇਹ ਵੀ ਅਨਟੱਚ ਜੀ ਹੋਈ ਆ ਬਾਕੀ ਕਿਉਂਕਿ ਹਾਲਤ ਵਗੈਰਾ ਤੁਹਾਨੂੰ ਸਾਰੀ ਫੋਟੋਆਂ ਸ਼ੋ ਹੋਣਦੀ ਗਈ ਪਈ ਆ ਰੰਗ ਰੂng ਚੰਗਾ ਪਿਆ ਹਜੇ ਕੋਈ ਕਮੀ ਪੇਸ਼ੀ ਨਹੀਂ ਹੈਗੀ ਬਾਕੀ ਰੰਗ ਰੂੰਗ ਦਾ ਓਕੇ ਆ 20 ਮਾਡਲ ਦੱਸਿਆ ਜਾ ਰਿਹਾ ਇਹ ਵੀ ਚੀਮਾ ਮੰਡੀ ਹੀ ਖੜੀ ਹੈ ਇਹਨਾਂ ਵੀਰਾਂ ਦੇ ਕੋਲ ਹੀ ਹੈ ਮਸ਼ੀਨਾਂ ਦੇ ਤੂੜੀ ਵਾਲੀਆਂ ਦਾ ਕੰਮ ਕਰਦੇ ਨਵੀਆਂ ਵੀ ਤੁਹਾਨੂੰ ਮਿਲ ਜਾਣਗੀਆਂ ਜਿਨ੍ਹਾਂ ਜਮਾਂ ਅਨਟੱਚ ਹੋਣੀਆਂ 2021 ਦੇ ਮਾਰਕਿਆਂ ਵਾਲੀਆਂ ਤੇ 2.5 ਲੱਖ ਰੁਪਏ ਇਹਦੀ ਡਿਮਾਂਡ ਰੱਖੀ ਗਈ ਹੈ ਬਾਕੀਾਂ ਦੇ ਸੀ ਮੌਕੇ ਤੇ ਘੱਟ ਵੱਧ ਕਰ ਲਾਂਗੇ ਜੋ ਵੀ ਨੰਬਰ ਨੇ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਇਹਨਾਂ ਨੰਬਰਾਂ ਤੇ ਫੋਨ ਲਾ ਕੇ ਜਾਂ ਫਿਰ ਵਟਸਐਪ ਤੇ ਗੱਲਬਾਤ ਕਰਕੇ ਇਹਨਾਂ ਵੀਰਾਂ ਕੋਲੋਂ ਤੁਸੀਂ ਖਰੀਦ ਸਕਦੇ ਹੋ ਜੀ ਤੇ ਹੁਣ ਆਪਾਂ ਅੱਗੇ ਗੱਲ ਕਰ ਲੈਂਦੇ ਆ ਅੱਗੇ ਆਪਣੇ ਕੋਲ ਆ ਜਾਂਦਾ ਜੀ ਮਹਿੰਦਰਾ 605 DI I ਬਾਰੇ ਠੀਕ ਆ ਜੀ ਸੇਲ ਆਉਂਦਾ ਅੱਗੇ ਆਪਣੇ ਕੋਲ ਇਹ ਟਰੈਕਟਰ ਦੇ ਆਪਾਂ ਮਾਡਲ ਦੀ ਗੱਲ ਕਰ ਲੈਂਦੇ ਆ ਸਭ ਤੋਂ ਪਹਿਲਾਂ 2015 ਮਾਡਲ ਹੈ ਇਹ ਟਰੈਕਟਰ ਪੂਰੀ ਓਕੇ ਗੁੱਡ ਸਾਫ਼ ਹਾਲਤ ਦੇ ਵਿੱਚ ਪਿਆ ਹੋਇਆ 75 ਪੈਸੇ ਨਾਲ ਦੇ ਟਾਇਰ ਨੇ ਮਾਲਕਾਂ ਦੇ ਦੱਸਣ ਅਨਸਾਰ ਤੇ 3 ਸਪੀਡ ਆ 75 ਪੈਸੇ ਨਾਲ ਦੇ ਟਾਇਰ ਨੇ ਮਾਰਕਿਆਂ ਦੇ ਅੰਦਰ 3 ਸਪੀਡ ਆ ਟਰੈਕਟਰ ਕੋਈ ਕੰਮ ਨਹੀਂ ਭਾਲਦਾਗਾ ਕੋਈ ਕਮੀ ਪੇਸ਼ੀ ਨਹੀਂ ਹੈਗੀ ਟਰੈਕਟਰ ਦੇ ਅੰਦਰ ਪੂਰੀ ਸਾਫ਼ ਹਾਲਤ ਰੇ ਵਿੱਚ ਬਕਾਉ ਹੈ ਜੀ ਵਾਹ ਕੇ ਚਲਾ ਕੇ ਦੇਣ ਦੀ ਫੁੱਲ ਗਰੰਟੀ ਦਿੱਤੀ ਜਾ ਰਹੀ ਆ ਆ ਤੁਸੀਂ ਮਗਰਲੇ ਸਿਰਫ ਫੋਟੋਆਂ ਵੇਖ ਸਕਦੇ ਹੋ ਕੱਕ ਜੇ ਕਿਸੇ ਵੀਰ ਨੇ ਨਵੇਂ ਟਰੈਕਟਰ ਦੇ ਰੇਟ ਬਾਰੇ ਪਤਾ ਕਰਨਾ ਹੋਵੇ ਤਾਂ ਤੁਸੀਂ ਕਾਲ ਕਰ ਲਿਆ ਕਰੋ ਜਾਂ ਫਿਰ ਨਵਾਂ ਟਰੈਕਟਰ ਲੈਣਾ ਹੋਵੇ ਉਹ ਵੀ ਆਪਾਂ ਦਵਾ ਦਾਂਗੇ ਠੀਕ ਹੈ ਜੀ ਆਸੇ ਪਾਸੇ ਉਹ ਜੇ ਯਾਨੀ ਕਿ ਤੁਹਾਨੂੰ ਨਹੀਂ ਮਿਲਦਾ ਆਪਾਂ ਹੋਰ ਜਾਂਸੀ ਚੋਂ ਪਤਾ ਕਰਕੇ ਤੁਹਾਨੂੰ ਦੱਸ ਦਿਆ ਕਰਾਂਗੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ 5,60,000 ਰੁਪਏ ਇਸ ਟਰੈਕਟਰ ਦੀ ਡਿਮਾਂਡ ਰੱਖੀ ਗਈ ਆ ਤੇ ਜੋ ਵੀ ਨੰਬਰ ਨੇ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਮਾਲਕਾਂ ਦੇ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਤੁਸੀਂ ਰੇਟ ਵਿੱਚ ਘੱਟ ਵੱਧ ਕਰ ਸਕਦੇ ਹੋ ਜਿਨ੍ਹਾਂ ਨੂੰ ਵਧੀਆ ਲੱਗਦਾ ਹੋਵੇ ਖਰੀਦ ਸਕਦੇ ਹੋ ਤੇ ਹੁਣ ਆਪਾਂ ਅੱਗੇ ਗੱਲ ਕਰ ਲੈਨੇ ਆ ਸਵਰਾਜ 939 ਐਫੀ ਟਰੈਕਟਰ ਸੀਲ ਦੇ ਲਈ ਆਇਆ ਹੋਇਆ ਵਾ ਇਹ ਹੈਗਾ ਜੀ 2005 ਮਾਡਲ 2005 ਮਾਡਲ ਆ ਹਾਲਤ ਵਗੈਰਾ ਤੁਸੀਂ ਟਰੈਕਟਰ ਦੀ ਪੂਰੀ ਵੇਖ ਸਕਦੇ ਹੋ 95 ਪੈਸੇ ਮਗਰਲੇ ਟਾਇਰ ਦਸੇ ਜਾ ਰਹੇ ਨੇ ਸਿੰਪਲ ਸਟੀering ਆ ਤੇ ਜੋ ਇਹਦੀ ਡਿਟੇਲ ਆ ਯਾਨੀ ਕਿ ਸਪੈਸੀਫਿਕੇਸ਼ਨ ਵਾਲੀ ਵੀਡੀਓ ਆਪਣੀ ਪਾਈ ਹੋਈ ਹੈ ਗੱਲ ਟਰੈਕਟਰ ਆ ਤੇ ਉੱਥੇ ਤੁਸੀਂ ਜਾ ਕੇ ਵੇਖ ਸਕਦੇ ਹੋ ਤੇ ਰੇਟ ਸੌ ਨੂੰ ਕਾਲ ਤੇ ਹੀ ਦੱਸਿਆ ਜਾਵੇਗਾ ਇਹ ਟਰੈਕਟਰ ਦਾ ਸੋ ਜੋ ਵੀ ਮਾਲਕਾਂ ਦੇ ਨੰਬਰ ਨੇ ਉਹ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਇਹਨਾਂ ਨੰਬਰਾਂ ਤੇ ਫੋਨ ਲਾ ਕੇ ਜਾਂ ਫਿਰ ਵਟਸਐਪ ਤੇ ਗੱਲਬਾਤ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਛੋਟੇ ਕੰਮ ਲਈ ਜਾਂ ਫਿਰ ਜਿਨ੍ਹਾਂ ਨੇ ਥੋੜੀ 5 10 ਕਿੱਲੇ ਵਾਹਣ 5 ਕਿੱਲੇ 10 ਕਿੱਲੇ ਉਹਨਾਂ ਵਾਸਤੇ ਵਧੀਆ ਟਰੈਕਟਰ ਆ ਸਾਰੇ ਕੰਮ ਕਰਦਾ ਵਾ ਐਵੇਂ ਜਾਨੀ ਕਿ ੱਡੀਆਂ ਚੱਕ ਕੇ ਫਹਾ ਲੈਣ ਦਾ ਨਾ ਕੰਮ ਜਾਂ ਕਰਿਆ ਕਰੋ ਵੀ ਜੱਕ ਦੇਵੇਂ ਵੱਡਾ ਟਰੈਕਟਰ ਜਾਂ ਉੱਚਾ ਮਾਡਲ ਡੌਨ ਟਰੈਕਟਰ ਮਾਡਲ ਵੀ ਵਧੀਆ ਕੰਮ ਦੇ ਜਾਂਦੇ ਨੇ ਜਾਂ ਪੱਠਿਆਂ ਪੁੱਠਿਆਂ ਦੇ ਵਾਸਤੇ ਚੰਗੇ ਰਹਿੰਦੇ ਨੇ ਤੇ ਹੁਣ ਆਪਾਂ ਅੱਗੇ ਗੱਲ ਕਰ ਲੈਨੇ ਏਸ ਟਰੈਕਟਰ ਦੀ ਤੇ ਮੈਂ ਇਹ ਟਰੈਕਟਰ ਸ਼ੁਰੂ ਚ ਹੀ ਕਹਿ ਦੇਣਾ ਚਾਹੁੰਦਾ ਵਾ ਜੇ ਇਹ ਟਰੈਕਟਰ ਬਾਰੇ ਠੀਕ ਹੈ ਮੈਨੂੰ ਤਾਂ ਜਾਨਕੀ WhatsApp ਤੇ ਆਇਆ ਜੇ ਤੁਹਾਡੇ ਨਾਲ ਜਾਨਕੀ ਕੋਈ ਵੀ ਜਾਨਕੀ ਹੁੰਦਾ ਵਾ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦੇਣਾ ਚਾਹੁੰਦਾ ਜੇ ਇਹਨਾਂ ਵੀਰਾਂ ਨੇ ਤੁਹਾਨੂੰ ਐਡਵਾਂਸ ਕਾਲ ਦੇ ਉੱਪਰ ਰੇਟ ਮੰਗਿਆ ਤੁਸੀਂ ਨਾ ਦਿਓ ਜੇ ਤੁਹਾਨੂੰ ਉੱਥੋਂ ਮੰਗਿਆ ਇਹਨਾਂ ਨੇ ਠੀਕ ਹੈ ਬਾਕੀ ਮੈਨੂੰ ਨਹੀਂ ਪਤਾਗਾ 2009 ਮਾਡਲ ਦੱਸਦੇ ਪਏ ਨੇ ਕਿਉਂਕਿ ਰੇਟ ਇਹਦਾ ਬਹੁਤ ਜ਼ਿਆਦਾ ਘੱਟ ਸੀਗਾ ਮੈਂ ਤਾਂ ਇਹ ਗੱਲ ਸ਼ੁਰੂ ਦੇ ਵਿੱਚ ਹੀ ਕਹਿ ਦੇਣਾ ਚਾਹੁੰਦਾ ਵਾ ਠੀਕ ਹੈ ਠੱਗੀ ਤੋਂ ਬਚਜੋ ਮੇਰਾ ਵੀਰ ਜੇ ਜਾਨੀ ਕਿਸ ਨੂੰ ਲੱਗਾ ਤਾਂ ਉਸੇ ਟਾਈਮ ਜਾਨੀ ਕਿ ਮੈਨੂੰ ਵੀ ਦੱਸ ਦਿਓ ਤੇ ਯੂਪੀ ਨੰਬਰ ਹੈ ਇਹ ਟਰੈਕਟਰ ਇਹਨਾਂ ਦੇ ਦੱਸਣ ਅਨਸਾਰ ਤੇ 1,40,000 ਰੁਪਏ ਡਿਮਾਂਡ ਆ ਠੀਕ ਹੈ ਬਾਕੀ ਬਾਕੀ ਮੌਕੇ ਤੇ ਜਿਹੜਾ ਵੀ ਘਟਬੱਧ ਹੋਣਾ ਉਹ ਹੋ ਹੀ ਜਾਣਾ ਵਾ ਜਿਹੜਾ ਨੰਬਰ ਆ ਉਹ ਤੁਹਾਨੂੰ ਥੱਲੇ ਦਿੱਤਾ ਜਾ ਰਿਹਾ ਮਾਲਕਾਂ ਦਾ ਤੇ ਇਹ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜਿੰਨਾਂ ਨੂੰ ਵਧੀਆ ਲੱਗਦਾ ਹੋਵੇ ਬਾਕੀ ਮੈਂ ਪਹਿਲਾਂ ਹੀ ਦੱਸ ਦੇਣਾ ਚਾਹੁੰਦਾ ਕਿ ਕੋਈ ਵੀ ਐਡਵਾਂਸ ਪੇਮੈਂਟ ਕਿਸੇ ਵੀ ਟਰੈਕਟਰ ਦੀ ਨਾ ਕਰਿਆ ਕਰੋ ਠੀਕ ਹੈ ਇਹ ਹੱਥ ਜੋੜ ਕੇ ਬੇਨਤੀ ਕਰਦੇ ਆਂ ਬਾਈ ਕੋਈ ਪਤਾ ਨਹੀਂ ਹੁੰਦਾ ਅੱਜ ਕੱਲ ਦੀ ਦੁਨੀਆ ਬਾਰੇ ਤੇ ਜਿਹੜੀ ਹੁਣ ਆਪਣੇ ਕੋਲ ਅੱਗੇ ਆ ਜਾਂਦਾ ਜੀ 4 3600 ਦੀ ਛਤਰੀ 3600 ਦੀ ਛਤਰੀ ਆ ਜਾਂਦੀ ਹੈ ਜੇ ਕਿਸੇ ਨੇ ਲੈਣੀ ਹੋਵੇ ਕੱਲੀ ਛਤਰੀ ਛਤਰੀ ਆ ਡੈਕ ਨਹੀਂ ਬਕਾਉ ਹੈਗਾ ਹੈਗਾ 16000 ਰੁਪਏ ਡਿਮਾਂਡ ਦੀ ਕਰਦੇ ਆ ਇਹਦੀ ਤੇ ਜਿਨ੍ਹਾਂ ਨੂੰ ਰੇਟ ਪਾਈ ਮੈਂ ਪਹਿਲਾਂ ਹੀ ਦੱਸ ਦੇਣਾ ਚਾਹੁੰਦਾ ਜਿਹੜਾ ਜ਼ਿਆਦਾ ਲੱਗਦਾ ਉਹ ਮਾਲਕਾਂ ਨੇ ਗੱਲਬਾਤ ਕਰਿਓ ਆਪਾਂ ਨੂੰ ਤਾਂ ਐਡ ਆਉਂਦੀ ਆ ਵੱਧ ਰੇਟ ਵਾਲੀ ਵੀ ਆਪਾਂ ਨੂੰ ਤਾਂ ਲਾਉਣੀ ਪੈਂਦੀ ਆ ਠੀਕ ਹੈ ਜੀ ਨੰਬਰ ਆਪਾਂ ਥੱਲੇ ਦੇ ਰਹੇ ਹਾਂ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਇਹਨਾਂ ਕੋ ਇੱਕ ਹੈਗਾ ਜੀ ਸਪਰੇਅ ਪੰਪ ਕੱਲੀ ਇੱਕ ਸਪਰੇਅ ਕੀਤੀ ਹੋਈ ਏ ਇਹਦੇ ਨਾਲ ਉਹ ਵੀ 10000 ਲੀਟਰ ਦੇ ਉੱਪਰ ਹੁਣ ਹੀ ਨਵਾਂ ਬਣਵਾਇਆ 2000 ਲੀਟਰ ਦੀ ਕੈਪੈਸਿਟੀ ਏ ਇਹਦੀ 2000 ਲੀਟਰ ਦੀ ਤੇ ਬਾਕੀ ਅ 6 ਕਿੱਲਿਆਂ ਦਾ ਪਾਈਪ ਆ ਦੱਸਣ ਅਨਸਾਰ 6 ਕਿੱਲੇ ਆਂਦੇ ਤੇ 6 ਕਿੱਲਿਆਂ ਦਾ ਪਾਈਪ ਆ ਬਾਕੀ ਹਾਲਤ ਵਗੈਰਾ ਤੁਹਾਨੂੰ ਸਾਰੀ ਸ਼ੋ ਹੋਂਦੀ ਹੋਈ ਪਈ ਆ ਫੋਟੋਆਂ ਦੇ ਅੰਦਰ 6 ਕਿੱਲਿਆਂ ਦਾ ਪਾਈਪ ਆ 2000 ਲੀਟਰ ਮੋਗਾ ਏਰੀਏ ਵਿੱਚ ਖੜਾ ਹੋਇਆ ਇਹ ਤੇ 1 ਲੱਖ 28000 ਰੁਪਇਆ ਡਿਮਾਂਡ ਆ ਨੰਬਰ ਥੱਲੇ ਦੇ ਰਹੇ ਆਂ ਆਪਾਂ ਕਾਲ ਕਰਕੇ ਇਹ ਖਰੀਦ ਸਕਦੇ ਹੋ ਜੀ ਪੰਪ ਤੁਸੀਂ ਤੇ ਜਿਹੜਾ ਹੁਣ ਆਪਣੇ ਕੋਲ ਅੱਗੇ ਆ ਜਾਂਦਾ ਟਰੈਕਟਰ ਆ ਜਾਂਦਾ ਅੱਗੇ ਆਪਣੇ ਕੋਲ ਪਾਵਰ ਟਰੈਕ 455 ਪਾਵਰ ਟਰੈਕ 455 ਆ ਜਾਂਦਾ ਅੱਗੇ ਆਪਣੇ ਕੋਲ ਸੀਲ ਦੇ ਵਿੱਚ 2007 ਮਾਡਲ ਆ ਇਹ 2007 ਮਾਡਲ ਆ ਮਾਲਕਾਂ ਦੇ ਦੱਸਣ ਅਨੁਸਾਰ ਅਗਲੇ ਟਾਇਰ ਹੈਗੇ ਨੇ 35 ਪੈਸੇ ਮਗਰਲੇ ਟਾਇਰ 75 ਪੈਸੇ ਨੇ 16 ਨਾ 28 ਵਾਲੇ ਟਰੈਕਟਰ ਪੂਰੀ ਸਾਫ਼ ਹਾਲਤ ਦੇ ਵਿੱਚ ਪਿਆ ਹੋਇਆ ਹੈ ਪਾਵਰ ਸਟੀering ਆ ਮਾਲਕਾਂ ਦੇ ਦੱਸਣ ਅਨੁਸਾਰ ਸ਼੍ਰੀ ਮੁਖਸਰ ਸਾਹਿਬੀ ਰਿਗੇ ਵਿਖੇ ਟਰੈਕਟਰ ਖੜਾ ਹੋਇਆ ਹੈ ਕੋਈ ਕੰਮ ਨਹੀਂ ਭਾਲਦਾ ਕੋਈ ਕਮੀ ਪੇਸ਼ੀ ਨਹੀਂ ਬਾਕੀ ਸ਼ਹਿਰ ਪੰਜਾਬ ਦੇ ਵਿੱਚ ਰਮਲਾਡਾ ਸ਼ਨ ਨਵੇਂ ਆਉਣ ਹੀ ਬੰਦ ਹੋ ਗਈ ਆ ਪਾਵਰ ਟਰੱਕ ਬਾਕੀ ਕੋ ਕਹਿ ਨਹੀਂ ਸਕਦੇ ਕਿ ਮੈਂ ਫਾਰਮ ਟਰੈਕ ਵਾਲੀ ਏਜੰਸੀ ਵਾਲੇ ਬਾਈ ਨੇ ਦੱਸਿਆ ਸੀਗਾ ਖਣੀ ਡਿਜੀਟ ਟਰੱਕ ਬੰਦ ਹੋਇਆ ਖਣੀ ਪਾਵਰ ਟਰੱਕ ਬੰਦ ਹੋਇਆ ਵਾ ਆਪਣੀ ਪੰਜਾਬ ਦੇ ਵਿੱਚ ਤੇ 285000 ਰੁਪਇਆ ਡਿਮਾਂਡ ਹੈ ਇਹਦੀ ਨੰਬਰ ਆਪਾਂ ਥੱਲੇ ਦੇ ਰਹੇ ਹਾਂ ਮਾਲਕਾਂ ਦੇ ਉਹਦੇ ਉੱਤੇ ਤੁਸੀਂ ਗੱਲਬਾਤ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਤੇ ਅੱਗੇ ਆਪਣੇ ਕੋਲ ਆ ਜਾਂਦਾ ਜੀ ਜੋਨੜੀਆ 5310 ਜੋੜੀਆ 5310 2009 ਮਾਡਲ ਦੱਸਦੇ ਪਏ ਨੇ ਨਾਲ ਦੇ ਟਾਇਰ ਦੱਸਦੇ ਆ ਤੇ ਇੱਕ ਜਰ ਜਿਨ੍ਹਾਂ ਦੇ ਵੀ ਨਾਲ ਦੇ ਟਾਇਰ ਹੋਣਦੇ ਟਰੈਕਟਰਾਂ ਦੇ ਇੱਕ ਫੋਟੋ ਨਾਲ ਦੇ ਟਾਇਰਾਂ ਦੀ ਜਰੂਰ ਭੇਜਦਾ ਕਰੋ ਬਾਅਦ ਚੋ ਕਿ ਜਿਨ੍ਹਾਂ ਨੇ ਲੈਣਾ ਨਹੀਂ ਨਾ ਹੁੰਦਾਗਾ ਉਹ ਵੀ ਕਮੈਂਟ ਦੇ ਵਿੱਚ ਲਾਹ ਪਾ ਜੀ ਬਾਲੀ ਕਰਾਉਂਦੇ ਆ ਮੈਂ ਤਾਂ ਕਹਿਣਾ ਇਹ ਵੀ ਜਿਨ੍ਹਾਂ ਦੇ ਵੀ ਟਰੈਕਟਰ ਹੁੰਦਾ ਜੇ ਤੁਹਾਡੇ ਪੁਰਾਣੇ ਮਾਡਲ ਟਰੈਕਟਰ ਦੇ ਨਾਲ ਦੇ ਟਾਇਰ ਆ ਚੰਗੂ ਤਰ੍ਹਾਂ ਮਾਰ ਕੇ ਦੀ ਫੋਟੋ ਟਾਇਰ ਦੀ ਫੋਟੋ ਸਹੀ ਜੀ ਖੱਚ ਕੇ ਭੇਜਦਾ ਕਰੋ ਤੇ ਬਾਕੀ ਜਿਹੜੀ ਟਰੈਕਟਰੀ ਡਿਮਾਂਡ ਆ ਉਹ ਹੈਗੀ 535000 ਰੁਪਇਆ ਠੀਕ ਹੈ ਮਾਲਕਾਂ ਨੇ ਰੱਖੀ ਗਈ ਆ ਮਾਲਕਾਂ ਵੱਲੋਂ ਇਹਦੇ ਵਿੱਚੋਂ ਘਟਵਾਦ ਹੋ ਜਾਊਗਾ ਜਿਨ੍ਹਾਂ ਨੇ ਲੈਣਾ ਹੋਵੇ ਮਾਲਕਾਂ ਨਾਲ ਗੱਲਬਾਤ ਕਰੋ ਜੇ ਤੁਹਾਨੂੰ ਰੇਟ ਵੱਧ ਲੱਗਦਾ ਵਾ ਮਾਲਕਾਂ ਦੇ ਨਾਲ ਹੀ ਗੱਲ ਕਰੋ ਆਪਦੀ ਸਾਡੇ ਨਾਲ ਭੁਗਾਈ ਕਰਨ ਦੀ ਕੋਈ ਲੋੜ ਨਹੀਂ ਹੈਗੀ ਅਸੀਂ ਮੈਂ ਤਾਂ ਉਸੇ ਟਾਈਮ ਕਮੈਂਟ ਲੀਡ ਕਰ ਦੇਣਾ ਜਿਨੇ ਵੀ ਆਪਦੀ ਬਾੜੀ ਜਾਨਕੀ ਉਹ ਬੋਲਦਾ ਬੂਲਦਾ ਜਾਂ ਹੋਇਆ ਕੁਛ ਪੁੱਠਾ ਸਿੱਧਾ ਜਾਂ ਤੇ ਹੁਣ ਆਪਾਂ ਅੱਗੇ ਗੱਲ ਕਰ ਲੈਣੇ ਆਂ ਅੱਗੇ ਆਪਣੇ ਕੋਲ ਸੀਲ ਦੇ ਵਿੱਚ ਆ ਜਾਂਦਾ ਸੋਨਾਲੀਕਾ 750 3i rx ਸੋਨਾਲੀਕਾ 750 3i rx ਟਰੈਕਟਰ 2018 ਮਾਡਲਾ 2018 ਮਾਡਲਾ ਟਰੈਕਟਰ ਇਹ 90 ਪੈਸੇ ਟਾਇਰ ਦੱਸੇ ਜਾ ਰਹੇ ਨੇ ਮਾਲਕਾਂ ਵੱਲੋਂ ਪਾਵਰ ਸਟੀering ਆ ਡਬਲ ਡਿਸਟ੍ਰਿਬਿਊਟਰ ਟਰੈਕਟਰ ਨੂੰ ਲੱਗਾ ਹੋਇਆ ਹੈ ਇਹਨੂੰ ਤੇ ਫਾਜ਼ਲ ਕਾ ਏਰੀਆ ਵਿੱਚ ਇਹ ਟਰੈਕਟਰ ਖੜਾ ਹੋਇਆ ਹੈ ਕੋਈ ਕੰਮ ਨਹੀਂ ਭਾਲਦਾ ਕੋਈ ਕਮੀ ਪੇਸ਼ੀ ਨਹੀਂ ਹੈਗੀਗੀ ਇੰਜਨ ਗੇਅਰ ਲੈਫਟ ਦਾ ਆਲ ਓਕੇ ਆ ਸੀਲਡ ਟਰੈਕਟਰ ਪਿਆ ਹੋਇਆ ਵਾਕੇ ਚਲਾ ਕੇ ਦੇਣ ਦੀ ਫੁੱਲ ਗਾਰੰਟੀ ਦਿੱਤੀ ਜਾ ਰਹੀ ਹੈ ਮਾਲਕਾਂ ਵੱਲੋਂ ਤੇ 5.5 ਲੱਖ ਰੁਪਇਆ ਡਿਮਾਂਡ ਹੈ ਇਹਦੀ ਨੰਬਰ ਆਪਾਂ ਥੱਲੇ ਦੇ ਰਹੇ ਹਾਂ ਕਾਲ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਤੁਸੀਂ ਪੂਰੀ ਸਾਫ ਹਾਲਤ ਰਿਹਾ ਟਰੈਕਟਰ ਬਕਾਊ ਆ ਤੇ ਬਾਕੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੀ ਵੀਡੀਓ ਐਂਡ ਤੱਕ ਵੇਖਣ ਦੇ ਲਈ ਬਸ ਹੁਣ 10000 ਸਬਸਕ੍ਰਾਈਬਰ ਦੇ ਯਾਨੀ ਕਿ ਨੇੜੇ ਹੀ ਆ ਕੰਮ ਹਰ ਟਾਈਮ ਯਾਨੀ ਕਿ ਲੱਗੂਗਾ ਮੇਰੇ ਹਿਸਾਬ ਨਾਲ 20 ਦਿਨ ਇਨਸ਼ਾਅੱਰ ਲੱਗ ਜਾਣਗੇ ਤੇ ਬਾਕੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜਿੰਨੇ ਵੀ ਸਪੋਰਟ ਕਰਦੇ ਨੇ ਸਾਰਿਆਂ ਦਾ ਅਸੀਂ तहे دلੋਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਵੇਖਣ ਦੇ ਲਈ